ਹਾਂਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਕਿਵੇਂ ਹੋ ਸਾਰੇ? ਵਧੀਆ, ਆਓ ਕਰਦੇ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ। ਅੱਜ ਚਗਾਟ ਤਕਰੀਬਨ ਆਪਾਂ ਰਾਤ ਤਿਆਰ ਕਰ ਹੀ ਦਿੱਤੀ ਆ। ਫਿਲਹਾਲ ਰਾਤ 11 ਵੱਜ ਗਏ ਸੀ, ਅਤੇ ਹੁਣ ਇਹਦੇ ਵਿੱਚ ਇੱਕ ਪੀਸ ਪਾਉਣਾ, ਪੀਸ ਪਾ ਕੇ ਫਿਰ ਸ਼ੀਸ਼ੇ ਦਾ ਸਾਇਜ਼ ਅੱਜ ਦੇ ਦੇਣਾ, ਔਡਰ ਕਰ ਦੇਣਾ। ਇੱਧਰ ਕਿਰਨ ਦੀ ਥੋੜ੍ਹੀ ਜਿਹੀ ਸਿਹਤ ਠੀਕ ਨਹੀਂ। ਕਿਉਂ ਭਾਈ ਸਾਹਿਬ, ਪੀਓ ਜੂਸ, ਹੁਣ ਪੀਓ ਪੀਓ, ਮੈਂ ਇੱਥੇ ਬੈਠਾਂ ਲੱਗ ਗਏ। ਅਤੇ ਮੈਂ ਫਿਰ ਚੱਲਿਆ ਡੈਡੀ ਨਾਲ ਥੋੜ੍ਹਾ ਜਿਹਾ ਬਿਲਡਿੰਗ ਜਿਹਾ ਕਰਾਉਣ। ਹਾਂ, ਵੇਖਿਆ ਇੱਦਾਂ ਸਿਆਣੇ ਬੱਚੇ ਬਣੀਦਾ। ਮੈਂ ਜਾ ਰਿਹਾ ਉੱਧਰ ਦੂਜੇ ਪਲਾਟ ਦੇ ਵਿੱਚ ਡੈਡੀ ਹੋਣਾ, ਉਹ ਥੋੜ੍ਹਾ ਜਿਹਾ ਉਹਨਾਂ ਚੈਨਲ ਜਿਹਾ ਉੱਪਰ ਉਹ ਛੱਡ ਜਿਹਾ ਲੱਗੇ ਨਾ ਪਾਉਣ ਸੀਮਣ ਸਾਉਣ ਵਾਸਤੇ, ਅਤੇ ਉਹਦੇ ਵਾਸਤੇ ਉਹ ਐਂਗਲ ਜਿਹੇ ਬਿਲਡਿੰਗ ਕਰਾਉਣ ਜਾਣਾ। ਮੈਂ ਕਿਹਾ ਚਲੋ ਚੱਲ ਜਾਂਦੇ, ਫਿਰ ਬਾਕੀ ਆਪਦਾ ਕੰਮ ਅਸੀਂ ਆਣ ਕੇ ਕਰਦੇ ਹਾਂ। ਠੀਕ ਹੈ, ਉਹਦਾ ਫਿਲਟਰ ਵਾਲਾ ਵੀਰ ਵੱਜ ਆਉਣਾ, ਉਹਨੇ ਕੱਲ੍ਹ ਆਉਣਾ ਸੀ ਵੈਸੇ, ਅਤੇ ਉਹ ਕਹਿੰਦਾ ਗੱਲ ਉਹਦੇ ਕੋਲ ਹੈ ਨਹੀਂ ਗਿਆ, ਅਤੇ ਉਹ ਹੁਣ ਫੋਨ ਕੀਤਾ ਕਹਿੰਦਾ ਹੁਣ ਮੈਂ ਆਉਣਾ ਅੱਧੇ ਘੰਟੇ ਤੱਕ, ਅਤੇ ਫਿਲਟਰ ਵੀ ਸੈਟਿੰਗ ਕਰਾ ਲੈਂਦੇ ਹਾਂ। ਚਲੋ ਵੇਖਦੇ ਹਾਂ, ਬਿਲਡਿੰਗ ਕਰਾਉਣ ਵਾਸਤੇ ਆਏ ਹਾਂ ਹਰ ਆਰਟ ਜੀ, ਮੈਂ ਕਿਹਾ ਬਿਲਡਿੰਗ ਕਰਾ ਲਈਏ। ਅਭੀ ਤਾਂ ਚੱਲ ਜਾ ਫਰੂਟ ਚਾਟ, ਆ ਜਾਓ ਫਿਰ ਖਾ ਲਓ ਤੁਸੀਂ। ਕਿਰਨ ਦੀ ਅੱਜ ਸਿਹਤ ਠੀਕ ਨਹੀਂ ਹੈਗੀ, ਸਵੇਰ ਦੀ ਸੁੱਤੀ ਸਵੇਰ ਦੀ। ਹਾਂਜੀ, ਅਤੇ ਕੱਲ੍ਹ ਵਾਲਾ ਸਾਡਾ ਵਲੋਗ ਥੋੜ੍ਹਾ ਲੇਟ ਹੋ ਗਿਆ ਸੀ, ਮਤਲਬ ਸਵੇਰੇ ਅਪਡੇਟ ਨਹੀਂ ਹੋਇਆ ਸਾਡੇ ਕੋਲ, ਉਹਦੇ ਚੱਕਰ 'ਚ ਮਾਫੀ ਚਾਹੁੰਦੇ ਹਾਂ। ਕਿਉਂਕਿ ਸਵੇਰੇ ਸਾਡੀ ਲਾਈਟ ਬੰਦ ਹੋ ਗਈ ਸੀ, ਅਤੇ ਲਾਈਟ ਸ਼ਾਮੀ ਪਈ ਆਈ, ਅਤੇ ਉਹਦੇ ਚੱਕਰ 'ਚ ਮਤਲਬ ਇਨਵੇਟਰ ਨਹੀਂ ਨਾ ਭਲਵਾਇਆ ਇੱਥੇ, ਅਤੇ ਇਨਵੇਟਰ ਸਵੇਰੇ ਚਲੋ ਅਪਡੇਟ ਹੋ ਜਾਂਦਾ ਵਲੋਗ, ਅਤੇ ਉਹ ਵਾਈਫਾਈ ਵੀ ਨਾਲੇ ਫਿਰ ਬੰਦ ਹੋ ਜਾਂਦਾ, ਤੁਹਾਨੂੰ ਪਤਾ ਜਦੋਂ ਬੱਤੀ ਬੰਦ ਹੋ ਜਾਵੇ, ਅਤੇ ਲਾਈਟ ਬੰਦ ਹੋ ਗਈ ਕੱਲ੍ਹ। ਫਿਰ 10 ਵਜੇ 9:30 ਬੰਦ ਹੋ ਗਈ ਕੱਲ੍ਹ ਬੱਤੀ, ਅਤੇ ਫਿਰ ਸ਼ਾਮੀ ਆਈ 5-6 ਵਜੇ, ਫਿਰ 6 ਵਜੇ ਵਲੋਗ ਅਪਲੋਡ ਕੀਤਾ ਆਪਾਂ। ਚਲੋ ਬਾਕੀ ਆ ਸ਼ੀਸ਼ੇ ਆਉਣੇ ਆ, ਜੋ ਵੀ ਨਹੀਂ ਆਏ। ਉਹ ਵੀਰ ਕਹਿੰਦਾ ਮੈਂ ਚੰਡੀਗੜ੍ਹ ਗਿਆ ਵਾਂ, ਅਤੇ ਉਹਦੇ ਚੱਕਰ 'ਚ ਉਹ ਵੀ ਨਹੀਂ ਲੈ ਕੇ ਨਹੀਂ ਆਇਆ ਸ਼ੀਸ਼ੇ, ਹੁਣ ਤਾਂ ਸਵੇਰੇ ਆਵਾਂਗਾ ਮੈਂ। ਲਓ ਚਗਾਟ ਕਰਤੀ ਤਿਆਰ, ਤੁਸੀਂ ਕਹਿੰਦੇ ਨੇ ਰੋਜ਼ ਤਿਆਰ ਕਰਤੀ, ਪਰ ਨਹੀਂ ਆ ਫੱਟੀਆਂ ਫੱਟੀਆਂ ਅੱਜ ਮਾਰੀਆਂ ਸਾਰੀਆਂ ਨੇ, ਪੱਕੀ ਕਰਤਾ ਰਾਤ ਸਕਰੂ ਮਾਰਤੇ ਇਹਨੂੰ, ਅਤੇ ਹੁਣ ਆ ਇਹਦੀ ਝੜੀ ਦੇ ਵਿੱਚ ਨਾ ਆਪਾਂ ਚਲਾਉਣੀ ਆ ਸਲਾਈਡਿੰਗ ਕਰਨੇ ਪੱਲੇ, ਇਹਦੇ ਇੱਕ ਪੱਲਾ ਸਲਾਈਡਿੰਗ ਕਰਾਂਗੇ, ਕੰਦਰ ਵਾਲਾ ਕਰਾਂਗੇ ਸਲਾਈਡਿੰਗ, ਅਤੇ ਚੱਕਰ ਜਾਓ ਉੱਪਰ ਹੀ ਮਾਰਿਆ ਵਾ ਪਲੀਜ਼। ਅਤੇ ਉਹ ਹੁਣ ਇੱਦਾਂ ਵਾ ਕਿ ਹੁਣ ਇਹਦੇ 'ਚ ਪਾਟ ਪਾ ਦਾਂਗੇ ਨਾ ਇੰਨਾ ਕੁ, ਇੱਥੇ ਖਿੜਕੀ ਲਾ ਦਾਂਗੇ ਕਿਆ ਸਿਰਫ ਇੰਨੀ, ਅਤੇ ਬਾਕੀ ਸੀਸਾ ਫਿਕਸ ਕਰ ਦਾਂਗੇ ਸਾਰਾ ਹੀ ਅੱਲ। ਜੇ ਸਾਰਾ ਬੰਦ ਕਰ ਦਿੰਦੇ ਹਾਂ ਫਿਰ ਉਹ ਗੁੰਮਾ ਜਿਹਾ ਬਣ ਜਾਂਦਾ, ਹੈ ਨਾ, ਹਵਾ ਵਾ ਕ੍ਰਾਸ ਨਹੀਂ ਹੁੰਦੀ ਜੇ ਪਾਸੇ, ਆਹ ਵੀ ਬੰਦ ਰਹਿਣਾ ਉੱਪਰੋਂ ਆ ਜਿਹੜਾ, ਅਤੇ ਰਸੋਈ ਦੇ ਵੀ ਸ਼ੀਸ਼ੇ 'ਚ ਸਲਾਈਡਿੰਗ ਕਰਦੇ ਹਾਂ। ਫਿਲਹਾਲ ਤਾਂ ਆਪਾਂ ਜਾਲੀ ਮਾਰ ਦਾਂਗੇ ਇੱਥੇ ਹਜੇ, ਅਤੇ ਬਾਕੀ ਆ ਇਹਦਾ ਕਰ ਦਈਏ, ਲੱਕੜ ਪਾ ਦਈਏ ਕੱਟਣ ਵਾਸਤੇ, ਕੱਟਣ ਦੇ ਹੈ ਵੀ ਅੱਜ ਵੀਰ ਆਇਆ ਸੀ ਨਾਲ ਫਿਲਟਰ ਹੀ ਫਿੱਟ ਕਰ ਗਿਆ, ਕੈਂਟਰਾ ਜੀ ਉਹਨੂੰ ਆਖਿਆ ਉਹ ਤਾਂ ਫਿੱਟ ਕਰ ਦੀ, ਪਰ ਇੱਥੇ ਉਹ ਇਹਦੀ ਸਾਈਡ ਫਿੱਟ ਕਰ ਗਿਆ, ਇਹਦਾ ਬਕਸਾ ਬਣਾਵਾਂਗੇ ਇੱਥੇ ਇਧਰਲੀ ਸਾਈਡ, ਅਤੇ ਫਿਰ ਇਹਦੀ ਸਾਡੀ ਸ਼ੂਟਿੰਗ ਹੋਣੀ ਹੈ ਅਜੇ। ਫਿਲਹਾਲ ਤਾਂ ਇੱਦਾਂ ਚੱਲਣਾ ਕੰਮ ਅਜੇ 6 ਮਹੀਨੇ ਸਾਲ, ਬਾਕੀ ਜੋ ਪਰਮਾਤਮਾ ਕਰੂ ਉਹੀ ਹੋਣਾ। ਅਤੇ ਬਾਕੀ ਇਹ ਵਾ ਕਿ ਆਹ ਪਹਿਲਾਂ ਵਾਰ ਲਵਾਉਣ ਬਾਰੇ ਇੱਧਰ ਸੋਚਿਆ ਸੀ, ਇੱਧਰ ਮੈਂ ਕਿਹਾ ਫਿਰ ਭਾਂਡੇ ਵਾਲਾ ਸਟੈਂਡ ਵੀ ਆਉਣਾ, ਅਤੇ ਇਹਦੇ ਵਿੱਚ ਇੱਧਰਲੀ ਸਾਈਡ ਸੈਟਿੰਗ ਨਹੀਂ ਹੋਣੀ ਫਿਰ, ਅਤੇ ਚਲੋ ਫਿਲਹਾਲ ਉੱਥੇ ਠੀਕ ਹੈ, ਬਾਕੀ ਬਾਅਦ 'ਚ ਬਦਲ ਦਾਂਗੇ ਜੇ ਬਦਲਣਾ ਪਿਆ। ਅਸੀਂ ਇੱਧਰ ਚੱਲ ਰਹੀ ਬਾਬਾ ਜੀ ਦੀ ਬਾਣੀ ਦੇ, ਟਾਈਮ ਹੋ ਗਿਆ 7 ਵਜੇ ਦਾ, ਅਤੇ ਇੱਧਰ ਆਪਾਂ ਚਗਾਟ ਕਰਤੀ ਆ ਫਿੱਟ,
ਇਹਦੇ 'ਚ ਗਾਠ ਬਣਾ ਤੀ ਆਪਾਂ ਪ੍ਰੋਪਰ ਸਾਰੀ ਆ ਹੈ ਨਾ, ਇਹ 'ਚ ਬਣ ਇਹ 'ਚ ਸ਼ੀਸ਼ਾ ਲੱਗ ਜਾਏਗਾ, ਆਪਾਂ ਦਾਮ ਛੱਡਤਾ ਇਹਦਾ। ਪਰ ਸਨਮੈਕਾ ਨੂੰ ਹੁਣ ਨਹੀਂ ਲਾਉਣਾ, ਸਨਮੈਕਾ ਲਾਵਾਂਗੇ ਸਾਰੇ ਦਰਵਾਜ਼ੇ 'ਤੇ ਤਿਆਰ ਕਰਕੇ ਨਾ, ਇੱਕ ਵਾਰੀ ਸਾਰਿਆਂ ਦਾ ਕਲਰ ਇੱਕ ਹੀ ਰਹੇਗਾ। ਫਿਰ ਬਾਅਦ 'ਚ ਇਹਦਾ ਲਾ ਤਾ, ਇਹਦਾ ਰੰਗ ਵੱਖਰਾ ਹੋ ਜਾਣਾ, ਫਿਰ ਇਹਨਾਂ ਦਾ ਵੱਖਰਾ ਹੋਣਾ, ਇਹਦਾ ਵੱਖਰਾ ਹੋਣਾ, ਮੁੜ ਕੇ ਉਹ ਚੀਜ਼ਾਂ ਮਿਲਣੀਆਂ ਨਹੀਂ। ਇਹ ਤੋਂ ਬਿਹਤਰ ਕੱਚੇ ਢਾਂਚੇ ਸਾਰੇ ਕਰ ਲੈਣੇ ਆ, ਸਨਮੈਕਾ ਇੱਕ ਵਾਰੀ ਲਾਵਾਂਗੇ ਸਾਰੇ, ਜਿਵੇਂ ਦਰਵਾਜ਼ਿਆਂ ਨੂੰ ਲਾਉਣਾ ਅੰਦਰਲੇ ਬਣਾ ਲਈਏ, ਆਹ ਵੀ ਬਣਾ ਲਈਏ, ਦੱਸਾਂ ਨਾ ਸਨਮੈਕਾ ਇੱਕ ਲਾ ਦਾਂਗੇ। ਇੱਧਰ ਜਾਲੀ ਵਾਲਾ ਪੱਲਾ ਲਾ ਦਾਂਗੇ, ਇੱਕ ਸਲਾਈਡਿੰਗ ਲਾ ਦਾਂਗੇ ਪੱਲਾ, ਬਾਹਰ ਸ਼ੀਸ਼ੇ ਵਾਲਾ ਅਤੇ ਅੰਦਰ ਲਾ ਦਾਂਗੇ ਜਾਲੀ ਵਾਲਾ ਇੱਕ। ਇਹ ਫਿਕਸ ਹੋ ਜਾਏਗਾ, ਬੰਦ ਹੋ ਜਾਏਗਾ, ਬਸ ਠੀਕ ਆ। ਅਤੇ ਹੁਣ ਮੈਂ ਜਾ ਰਿਹਾ ਵਾਂ ਆਪਣਾ ਥੋੜ੍ਹਾ ਬਾਜ਼ਾਰ, ਮੈਂ ਘੁੰਮ ਫਿਰ ਆਉਂਦੇ ਹਾਂ, ਨਾਲੇ ਕਿਰਨ ਨੂੰ ਥੋੜ੍ਹਾ ਘੁੰਮਾ ਲਿਆਉਂਦੇ ਹਾਂ, ਸਵੇਰ ਦੀ ਕਿਰਨ ਵੀ ਠੀਕ ਨਹੀਂ ਹੈਗੀ ਮੈਨੂੰ, ਚਲੋ ਥੋੜ੍ਹਾ ਬਹੁਤ ਬੰਦੇ ਦਾ ਮੂਡ ਚੇਂਜ ਹੁੰਦਾ ਥੋੜ੍ਹਾ ਬਹੁਤ, ਚਲੋ ਖਾ ਵੀ ਆਉਂਦੇ ਕੁਛ ਬਾਹਰੋਂ, ਵੀ ਦਸ ਵਗੈਰਾ ਵਧੀਆ ਇਹੋ ਜਿਹੀ ਚੀਜ਼ ਆਈਟਮ, ਚਲੋ। ਅਤੇ ਬਾਕੀ ਥੋੜ੍ਹੀ ਸ਼ੋਪਿੰਗ ਵੀ ਕਰਨੀ ਆ, ਇਹ ਕਾਹਦੀ ਆਪਾਂ ਸ਼ੋਪਿੰਗ ਕਰ ਰਹੇ ਹਾਂ ਠੀਕ ਹੈ ਨਾ, ਤੁਹਾਨੂੰ ਸਟਾਰਟਿੰਗ ਥੋੜ੍ਹਾ ਜਿਹਾ ਮੈਂ ਦੱਸ ਦਿੰਦਾ ਵਾਂ ਕਿ ਆਪਾਂ ਫੋਟੋ ਸ਼ੂਟ ਕਰਾਉਣਾ ਵਾ, ਫੋਟੋ ਸ਼ੂਟ ਅਤੇ ਫੋਟੋ ਸ਼ੂਟ ਦੇ ਚੱਕਰ 'ਚ ਥੋੜ੍ਹੀ ਹੋਰ ਡਰੈੱਸਾਂ ਲੈਣੀਆਂ ਪੈਣੀਆਂ ਕਿਰਨ ਨੂੰ ਵੀ, ਅਤੇ ਮੇਰੀਆਂ ਤਾਂ ਚਲੋ ਹੈ ਹੀ ਆ ਕਿਰਨ ਨੂੰ, ਅਤੇ ਬਾਕੀ ਕਿਰਨ ਦੱਸੇਗੀ ਬਾਅਦ ਵਿੱਚ ਜੋ ਵੀ ਆ ਸਾਰਾ ਸਿਸਟਮ। ਬੇਬੀ ਵਾਸਤੇ ਇੱਕ ਦੋ ਡਰੈੱਸਾਂ ਲੈਣੀਆਂ, ਅਤੇ ਕਿਰਨ ਦੀ ਇੱਕ ਦੋ ਡਰੈੱਸਾਂ ਲੈਣੀਆਂ, ਅਤੇ ਉਸ ਤੋਂ ਬਾਅਦ ਫਿਰ ਕਿਰਨ ਦੀ ਅੱਜ ਤਾਂ ਲੈ ਜਾਏ ਡਰੈੱਸ, ਕਿਰਨ ਦੀ ਡਰੈੱਸ ਇੱਕ ਦੋ ਦਿਨਾਂ 'ਚ ਬਾਅਦ ਵੇਖਾਂਗੇ, ਹੁਣ ਤਾਂ ਹਨੇਰਾ ਵੀ ਕਾਫੀ ਹੋ ਗਿਆ ਵੇਖੋ, ਮੈਂ ਥੋੜ੍ਹਾ ਬਹੁਤ ਦਿਨ ਤਾਂ ਹੈ ਪਰ ਸੱਤ ਫਿਰ ਵੀ 7 ਵੱਜ ਚੁੱਕੇ ਆ, ਅਤੇ ਡਰੈੱਸ ਫਿਰ ਅੱਜ ਥੋੜ੍ਹੀ ਬਹੁਤ ਸ਼ੋਪਿੰਗ ਅੱਜ ਲੈਂਦੇ ਹਾਂ, ਥੋੜ੍ਹੀ ਬਹੁਤ ਗੱਲ ਕਰਕੇ ਅਤੇ ਪਰਸੋਂ ਚੌਥ ਤੱਕ ਫੋਟੋ ਸ਼ੂਟ ਆਪਾਂ ਕਰਵਾਵਾਂਗੇ ਵੀਡੀਓ ਦੇ ਵਲੋਗ ਦੇ ਨਾਲ। ਅਤੇ ਬਾਕੀ ਇਹ ਵਾ ਕਿ ਹਰ ਇੱਕ ਬੰਦੇ ਨੂੰ ਆਪਣੀ ਖੁਆਇਸ਼ ਪੂਰੀ ਕਰ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ ਦਾ ਕੀ ਭਰੋਸਾ ਕਦੋਂ, ਬਾਕੀ ਚਲੋ ਜਿਹਦੇ ਵਾਸਤੇ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਪਰ ਇਹ ਆਪਣੇ ਚਾਅ ਜਿਹੜੇ ਆ ਨਾ, ਜਿਹੜੇ ਚਾਅ ਆਪਣੇ ਬੰਦੇ ਉਹਨਾਂ ਦੇ ਮਾਰਨੇ ਚਾਹੀਦੇ ਜ਼ਿੰਦਗੀ ਦੇ ਵਿੱਚ, ਆਪਣੇ ਕੰਮ ਕਾਰ ਵੀ ਕਰ ਦੇਣੇ ਚਾਹੀਦੇ, ਅਤੇ ਆਪਣੇ ਜਿਹੜੇ ਜਿੰਨੀਆਂ ਖੁਆਇਸ਼ਾਂ ਹੋ ਸਕਦੀਆਂ ਪੂਰੀਆਂ ਬੰਦੇ ਨੇ, ਚਲੋ ਯਕਦਮ ਨਹੀਂ ਸਹਿ ਤਾਂ ਪੂਰੀਆਂ ਕਰਨੀਆਂ ਚਾਹੀਦੀਆਂ। ਇਹ ਨਹੀਂ ਕਹਿੰਦਾ ਕਿ ਮੈਂ ਯਕਦਮ ਤਾਂ ਚਲੋ ਕੋਈ ਵੀ ਕੰਮ ਨਹੀਂ ਹੁੰਦਾ, ਪਰ ਇਹ ਵਾਕਿਆ ਥੋੜ੍ਹੇ ਥੋੜ੍ਹੇ ਆਰਾਮਦਾਰੀ ਨਾਲ ਸਾਰੇ ਕੰਮ ਪਰਮਾਤਮਾ ਦੀ ਕਿਰਪਾ ਨਾਲ ਹੁੰਦੇ ਜਾਣ ਤਾਂ ਵਧੀਆ, ਅਤੇ ਫਿਰ ਮਿਲਦੇ ਹਾਂ, ਫਿਰ ਕੀ ਕਹਿੰਦੇ ਥੋੜ੍ਹਾ ਟਾਈਮ ਲਾਉਣਾ, ਆਪਾਂ ਰੈਡੀ ਹੋ ਗਏ ਗੱਡੀ ਗੁੱਡੀ ਨੂੰ ਮਾਰੀਏ, ਚੱਲ ਚਲੋ। ਮੇਰੀ ਗੱਡੀ ਖੜੀ ਆ ਦੀਪ ਨੇ, ਅਤੇ ਉਹਨੇ ਜਾਣਾ ਸੀ ਕਿਤੇ, ਅਤੇ ਉਹਦੇ ਚੱਕਰ 'ਚ ਉਹਨੇ ਗੱਡੀ ਲੈ ਕੇ ਗਿਆ ਸਵੇਰੇ ਉਹ, ਅਤੇ ਆਪਣੀ ਗੱਡੀ ਉਹਨੇ ਲਾਈ ਆ ਉੱਥੇ ਏਜੰਸੀ ਦੇ ਵਿੱਚ, ਕੈਮਰੇ ਵਾਲੇ ਨੇ ਕੁਛ ਕਰਨਾ ਹੈ ਪਤਾ ਨਹੀਂ, ਕੈਮਰੇ ਕੁਮਰੇ ਠੀਕ ਕਰਵਾਉਣ ਡਿਆ ਕੀ ਪਤਾ ਨਹੀਂ ਕੀ ਚੱਕਰ ਵਾ, ਕਿਰਨ ਵੀ ਹੋ ਗਈ ਤਿਆਰ, ਹਨੇਰਾ ਵੀ ਕਾਫੀ ਹੋ ਗਿਆ, ਗੱਡੀ ਖੋਲ੍ਹੀ ਨਹੀਂ ਗੀ, ਆਹ ਇੱਕਦਮ ਮੱਛਰ ਵੱਜਾ ਗੱਡੀ ਨੂੰ ਬੱਲੇ ਬੱਲੇ, ਇਹਨੇ ਪਤਾ ਨਹੀਂ ਕਿੱਥੋਂ ਖੜੀ, ਬਹੁਤ ਮੱਛਰ ਵੱਜਾ ਵੇ, ਕੀ ਹਾਲ ਗੱਡੀ ਦਾ ਹੋਇਆ ਪਿਆ, ਲੋਕ ਹਾਲ ਹੈ, ਖੁੱਲ੍ਹ ਗਿਆ ਲੋਕ, ਚਲੋ ਬੈਠੋ, ਆਹ ਟੀਨਾਂ ਆਪਣੀਆਂ ਖਰਾਬ ਹੋ ਗਈਆਂ ਸੀ, ਬਾਹਰ ਇੱਦਾਂ ਵੇਸ਼ ਖਤਮ ਹੀ ਹੋ ਗਈਆਂ, 3-4 ਟੀਨਾਂ ਪਈਆਂ ਸੀ, ਇੱਕ ਦੋ ਚੁੱਕ ਕੇ ਲੈ ਗਿਆ ਕੋਈ, ਅਤੇ ਬਾਕੀ ਤਾਂ ਚਲੋ ਕੋਈ ਨਹੀਂ ਭਲਾਈ ਹੈ। ਨਵੀਂ ਇੱਥੋਂ ਪਾ ਰਹੇ ਹਾਂ ਪੈਟਰੋਲ ਪਾ ਕੇ, ਫਿਰ ਦੇਖਦੇ ਹਾਂ ਦੀਪ ਨੂੰ ਨਾਲ ਲੈ, ਦੀਪ ਨੂੰ ਲੈ ਜਾਈਏ ਨਾਲ, ਦੀਪ ਨੂੰ ਦੋਵਾਂ ਜਾਣਾ ਆਪਾਂ, ਚਲੋ ਉਹਨੂੰ ਨਾਲ ਲੈ ਜਾਂਦੇ ਹਾਂ, ਨਾਲੇ ਥੋੜ੍ਹਾ ਟਾਈਮ ਵਧੀਆ ਲੰਘ ਜਾਏਗਾ, ਲੈ ਵੀ ਹੁਣ ਦੀਪ ਨੂੰ ਲਿਆਉਣਾ ਆ, ਬਸ ਹੁਣ ਇਹਨਾਂ ਨੇ ਇੱਦਾਂ ਟੱਚਣ ਵਸਣ ਜਿਹਾ ਕਰੀ ਜਾਣੇ, ਹਿੱਲਣਾ ਹੈ ਨਹੀਂ, ਚਲੋ ਚੱਲੀਏ ਜਿਹੜੇ ਕੰਮ ਜਾਣਾ ਵਾ ਹੁਣ, ਮੇਰੀ ਮੰਮੀ ਤੇ ਚੱਲ ਲੈਣਾ ਗੱਲ, ਮੰਨ ਲਾ ਮੇਰੀ ਮੰਮੀ ਦਾ ਜਾਂ ਦਾਦੀ ਚਲਾਉਣਾ, ਮੇਰੀ ਦਾਦੀ ਨੇ ਪੈਸੇ ਕਢਾਏ ਹੁਣ ਬੈਂਕ ਚੋਂ,
ਏਦਾਂ ਹੁੰਦੀ ਰਹੀ ਆਡਰ ਹੁੰਦੀ ਹਰਗੁਣ ਹਰਗੁਣ ਚੱਲੀਏ ਚਲੋ ਚਿੰਕਲ ਫੋਨ ਕਰ ਲਈਏ ਚਲੋ ਵੀ ਅਸੀਂ ਯਾਰ ਵਿਸ਼ਾਲ ਮੈਗਾ ਮਾਰਟ ਮੇਰੀ ਆਵਾਜ਼ ਵੀ ਬੜੀ ਹੈ ਇੱਥੇ ਕੱਲ੍ਹ ਜੂਸ ਪੀਣ ਦੇ ਬੈਂਚ ਟੁੱਟ ਗਿਆ ਬਸ ਤੋੜ ਕੇ ਸੁੱਟਤਾ ਇਹਨਾਂ ਨੇ ਸੁੱਟ ਹੀ ਦਿੱਤਾ ਸੀ ਧਿਆਨ ਨਾਲ ਚਲੋ ਪਹਿਲਾਂ ਆਪਾਂ ਦੋਵੇਂ ਚੱਲੇ ਸੀ ਮੈਂ ਕਿਹਾ ਦੀਪ ਨੂੰ ਲੈ ਜਾਂਦੇ ਨਾਲ ਨਾਲੇ ਗੱਲਾਂ ਬਾਤਾਂ ਕਰਦੇ ਜਾਵਾਂਗੇ ਬਸ ਇਹ ਟੈਂਕੀ ਇਹਦੀ ਟੈਂਕੀ ਹੈ ਨਾ ਇਹਨੇ ਭਰਾਉਣੀ ਬਸ ਬਸ ਬਿਲਕੁਲ ਬਿਲਕੁਲ ਧਿਆਨ ਆ ਧਿਆਨ ਆ ਚੱਲਦੀ ਚੱਲਦੀ ਲਿਫਟ ਬੰਦ ਥੋੜ੍ਹਾ ਵਾ ਬਟਨ ਦੱਬੇ ਕਰੀ ਫਿਰ ਦੱਬਲਾ ਚਾਰ ਫਲੋਰ ਤੇ ਚੱਲਣ ਡਈ ਆ ਹਰਗੁਣ ਕੀ ਫੀਲ ਹੋਣ ਡਿਆ ਬਸ ਚਲੋ ਬਸ ਅਜਾਸ ਲੱਗਾ ਇੱਦਾਂ ਦਾ ਰਸੋਈ ਚਲਾਉਣਾ ਮੈਂ ਮੈਨੂੰ ਨੀ ਪਤਾ ਦੁਬਈ ਦਾ ਦਿਖਾਉਂਦੇ ਜਾ ਕੇ ਛੋਟੀ ਦੁਬਈ ਆਪਣੀ ਬਟਾਲੇ ਛੋਟੀ ਦੁਬਈ ਜਾਵਾਂਗੇ ਉੱਥੇ ਵੀ ਬਕਸੇ ਬੁਕਸੇ ਚੰਗੇ ਲਾਏ ਵੀਰ ਹੋਣਾ ਨੇ ਚਲੋ ਵੀ ਚਲੋ ਵੀ ਬੱਚਿਆਂ ਦੇ ਛੋਟੇ ਮੋਟੇ ਮੈਂ ਕਿਹਾ ਚਲੋ ਫੋਟੋ ਸ਼ੂਟ ਕਰਾਉਣਾ ਵਾ ਅਤੇ ਲੈ ਚੱਲਦੇ ਹਾਂ ਉਸਤਾਦ ਨੂੰ ਨਾਲ ਲਿਆਏ ਹਾਂ ਛੋਟਾ ਉਸਤਾਦ ਹੈ ਸਹੀ ਗੱਲ ਫਰਾਕਾਂ ਬਹੁਤ ਪਿਆਰੀਆਂ ਨਿੱਕੀਆਂ ਨਿੱਕੀਆਂ ਕਿਹੜਾ ਕੋਈ ਫੈਂਸੀ ਆ ਫੈਂਸੀ ਥੋੜ੍ਹੇ ਲੱਗੇ ਆ ਉਹ ਵੀ ਸੋਹਣਾ ਫਰਾਕ ਥੋੜ੍ਹੀ ਨਿੱਕੀ ਨਹੀਂ ਆਹੋ ਇਹ ਚੀਜ਼ ਵਧੀਆ ਹੋਇਆ ਨਾ ਇੱਕ ਦਵਾ ਲੈ ਜਾਂਦੇ ਹਨਾ ਆਂਦੇ ਫੁਲਵੀਆਂ ਫਰੋਕਾਂ ਲੈਣੀਆਂ ਵਿੱਚ ਰੂਮ ਭਰਾ ਦੀ ਇੱਕ ਤਾਂ ਗਾਣੇ ਗੁਣੇ ਕਾਫੀ ਲੱਗੇ ਇੱਥੇ ਵੈਸੇ ਮੈਨੂੰ ਲੱਗਦੀ ਗੱਲ ਆਹ ਤਿੰਨ ਟਰੈਕ ਜੇ ਨਾ ਵੀ ਚੱਲੇ ਪਸੰਦ ਤੁਹਾਨੂੰ ਕੋਈ ਵੀ ਨੀ ਆਇਆ ਅਜੇ ਤੱਕ ਸੂਟ ਜਿਹਾ
ਆਹ ਬਹੁਤ ਵਧੀਆ ਜੀ, ਖਿੜਵੇਂ ਚ ਰੰਗ ਲਓ, ਆਹ ਇਹ ਵੀ ਠੀਕ ਹੈ, ਆਹ 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 ਕਿਹੜੀ ਸੋਹਣੀ, ਆਹ ਵਿਆਹ ਯਾਰ, ਆਹ ਜੀ ਆਹ ਵਧੀਆ ਜੀ, ਆਹ ਵਧੀਆ ਜੀ, ਹਾਂ ਇੱਕ ਪਿੰਕ ਕਰ ਲਓ ਵੀ ਯਾਰ, ਇੱਕ 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 ਸਕਾਈ ਬਲਿਊ ਜੀ ਕਰ ਲਓ, ਬਸ ਠੀਕ ਹੈ, ਓਕੇ ਹੋ ਗਿਆ ਕੰਮ, ਬਸ ਲੈ ਹੋ ਗਿਆ, ਓਕੇ ਹੋ ਗਿਆ, ਹਰਗੁਣ ਸਾਡੀ ਵੇ ਹਰਗਣ ਬਸ ਵਧੀਆ ਚਲੇ ਵੀ ਜਾਂਦੀ ਆ ਤੇ ਪਤਾ ਲੱਗ ਜਾਂਦਾ ਚੱਪਲਾਂ ਜੀ ਹਰਗੁਣ ਦੀ ਟਿਕਦੀ ਨੀ ਤੇ ਸਾਡੀ ਹਰਗੁਣ ਓਹੋ ਹਰਗੁਣ ਇੱਧਰ ਆਓ ਪੁੱਤਰ ਆਜੋ 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 ਪੁੱਤਰ ਚਲੋ ਆਹ ਕਰਨਾ ਕਿ ਬੜੇ ਇਕੱਠੇ ਕੀਤੇ ਹੁੰਦੇ ਜੋ ਭਾਲੂ ਕੁਤਾਬ ਹੈ ਕਿ ਨਹੀਂ ਥੋੜੇ ਪਏ ਚਲੋ ਆਹ ਕਿੱਧਰ ਆ ਗਏ ਆ ਇੱਧਰ ਨਹੀਂ ਗਾ ਚਲੋ ਆ ਵੀ ਲੈਣ ਦਾ ਮੈਂ ਤਾਂ ਕਹਿੰਦਾ ਨਹੀਂ ਖੜਨਾ ਭਰਾ ਚੀਜ਼ ਆਪਣੇ ਕੰਮ ਦੀ ਹੈ ਲੈਣੀ ਚਾਹੀਦੀ ਹੈ ਫਾਈਲਾਂ ਫੁਲਾਂ ਕਿੰਨੀਆਂ ਪਈਆਂ ਵੈਸੇ 300 ਦੀ 350 ਦੀ ਨਹੀਂ ਲੈਸ ਕਰਕੇ 270 ਦੀ ਰੇਟ ਇੱਥੇ ਵੀ ਬੜਾ ਮਤਲਬ ਵਿਸ਼ਾਲ 'ਚ ਰੇਟ ਘੱਟ ਵਾ ਰੇਟ ਇੱਥੇ ਵੀ ਬੜਾ ਹਰਗੁਣ ਆ ਜਾ ਆ ਜਾ ਉਹ ਫੜ ਲਾ ਫੜ ਲਾ ਇੱਧਰ ਵੇਖ ਲਓ ਯਾਰ ਉਹ ਜਿੱਦਾਂ ਹਰਗੁਣ ਦੇ ਕੋਲ ਆ ਨਾ ਉਹ ਬੈਲੀ ਜੀ ਵਾਲੇ ਸੀ ਜਿਹੜੇ ਬੰਦ ਹੁੰਦੇ ਜੀ ਉਹਦੇ ਨਾਲ ਦੇ ਮੈਨੂੰ ਥੋੜੇ ਜਿਹੇ ਉਹ ਥੋੜੇ ਠੀਕ ਹੈ ਛੋਟੇ ਮੈਂ ਕਰਨ ਡੇ ਜੀ ਚਲੋ ਚਲੋ ਆਹ ਠੀਕ ਆ ਸੈਂਡਲ ਚਲੋ ਚੁੱਕੋ ਤੇ ਚੱਲੀਏ ਸੈਂਡਲ ਆਪਣੇ ਕੋਲ ਵਾਧੂ ਪਏ ਨੇ ਇਦਾਂ ਦੇ ਵੇਖ ਲਓ ਥੋੜੇ ਜਿਹੇ ਹਰਗੁਣ ਦਾ ਵੀ ਤੰਗ ਕਰਨਾ ਆਹ ਪਾ ਲਓ ਤਗੜੇ ਸਾਈਜ਼ ਹੀ ਨਹੀਂ ਹੈ ਛੋਟਾ ਹਨਾ ਬਿਲਕੁਲ ਐਡੇ ਸਾਈਜ਼ ਚਾਹੀਦੇ ਹੋਏ ਜ਼ੀਰੋ ਸਾਈਜ਼ ਹੁੰਦੇ ਹੋਤੇ ਪਏ ਹੁਣ ਹੈ ਨਹੀਂ ਮੁੱਕ ਗਿਆ ਮੈਨੂੰ ਲੱਗਦੀ ਗੱਲ ਉਹ ਲੈ ਰਹੇ ਨੇ ਚੱਲੀਏ ਬਹੁਤ ਹੋ ਗਈ ਸ਼ੋਪਿੰਗ ਹੈ ਕਿੱਧਰ ਗਈ ਉਹ ਲੈ ਉਹ ਦਾ ਆਪਣਾ ਵੇਖਣ ਦਾ ਸਿਸਟਮ ਬਸ ਨਾ ਜਨਾਨੀਆਂ ਆ ਜਾਣ ਇੱਕ ਵਾਰੀ ਮੌਲ ਦੇ ਵਿੱਚ ਬਸ ਇਹਨਾਂ ਨੂੰ ਆਪੋ ਆਪਣਾ ਪੈ ਜਾਂਦਾ ਕੰਮ ਬਸ ਹਨਾ ਇਹਨਾਂ ਨੂੰ ਮੈਂ ਕਿਹਾ ਲੈ ਆਓ ਸਹੀ ਮੌਲ ਦੇ ਵਿੱਚ ਬਸ ਇਹਨਾਂ ਨੇ ਆਪੋ ਆਪਣੀਆਂ ਚੀਜ਼ਾਂ ਵੇਖਣ ਡਿਆ ਬਣਾਉਣਾ ਸ਼ੁਰੂ ਹੋ ਜਾਣਾ ਵੀ ਟਾਈਮ ਹੋ ਗਿਆ ਕਾਫੀ ਇੱਥੋਂ ਮੈਂ ਕਿਹਾ ਆਈਸਕ੍ਰੀਮ ਖਾ ਕੇ ਫਿਰ ਚੱਲਦੇ ਹਾਂ ਨਾਲ ਹੀ ਪੈਕ ਹੀ ਕਰਾ ਦਿੰਦੇ ਹਾਂ ਨਾ ਛੋਟੀ ਛੋਟੀ ਪੈਕਿੰਗ ਜੀ ਪੈਕ ਕਰਵਾ ਕੇ ਚੱਲੀਏ ਘਰ ਨੂੰ ਟਾਈਮ ਆ ਗਲਤ ਕਰਤਾ ਵੀਰ ਨੇ ਕੀਤੀ ਨਾ ਉੱਦਾਂ ਸਰਵਿਸ ਪਰ ਕੀ ਇਹਦੀ ਇਹਦਾ ਪਾਰਟ ਪੂਰਟ ਬਦਲੇਗੀ ਤਾਂ ਉਸ ਹਿਸਾਬ ਨਾਲ ਟਾਈਮ ਹੀ ਗਲਤ ਹੋ ਗਿਆ ਚਲੋ ਕੋਈ ਨਹੀਂ ਇੰਨੇ ਇੰਨਾ ਟਾਈਮ ਜੇ ਹੋਇਆ ਨਹੀਂਗਾ ਟਾਈਮ ਹੋਇਆ ਜੇ ਤੁਹਾਡਾ ਰੱਬ ਭਲਾ ਕਰੇ ਅਜੇ 10 ਵਜੇ ਨੇ ਇਹ ਉੱਤੇ 12 ਵੱਜ ਚੁੱਕੇ ਨੇ ਠੀਕ ਆ ਗੁੱਡ ਚਲੋ ਗੱਡੀ ਲਾ ਤੀ ਅੰਦਰ ਏ ਸੀ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਹੋਵੇ ਤਾਂ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਸਾਡਾ ਫੇਸਬੁੱਕ 'ਤੇ ਪੇਜ ਵੀ ਹੈਗਾ ਉਹਨੂੰ ਜ਼ਰੂਰ ਫੋਲੋ ਕਰੋ ਅਤੇ ਬਾਕੀ ਇਹ ਵਾ ਕਿ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਜੇ ਆਸ ਹੋਣੀ ਚਾਹੀਦੀ ਕਿ ਆਪਾਂ ਆਹ ਕਰਨਾ ਆਹ ਕਰਨਾ ਪਰਮਾਤਮਾ ਸਭ ਕੁਛ ਕਰਦਾ ਵਾ ਅਤੇ ਬਾਕੀ ਇਹ ਵਾ ਕਿ ਆਪਣੇ ਚਾਹ ਅਧੂਰੇ ਨਹੀਂ ਛੱਡਣੇ ਚਾਹੀਦੇ ਅਤੇ ਬਾਕੀ ਜਿਨ੍ਹਾਂ ਲੋਕਾਂ ਨੇ ਗੱਲਾਂ ਬਾਤਾਂ ਕਰਨੀਆਂ ਉਹਨਾਂ ਕਰੀ ਜਾਣੀਆਂ ਕੋਈ ਗੱਲ ਨਹੀਂ ਕਿ ਇਹ ਕੀ ਕਰਦੇ ਫਿਰਦੇ ਕਿੱਦਾਂ ਵਾ ਉੱਦਾਂ ਵਾ ਕੋਈ ਗੱਲ ਨਹੀਂ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਅਤੇ ਆਪਣਾ ਜਿਹੜਾ ਕੰਮ ਕਰ ਅੱਗੇ ਵਧਾਉਣਾ ਚਾਹੀਦਾ ਕੋਈ ਗੱਲ ਨਹੀਂ ਜਿੰਨਾ ਤੁਹਾਨੂੰ ਮਾੜਾ ਚੰਗਾ ਬੋਲਣਾ ਨੇ ਬੋਲੀ ਜਾਣਾ ਕੋਈ ਗੱਲ ਨਹੀਂ ਜਿੰਨੇ ਵੱਜਦੇ ਰਹਿਣ ਸਭ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ
ਮਿਲਦੇ ਹਾਂ ਫਿਰ ਮੋਰਨਿੰਗ ਟਾਈਮ। ਵਾਹਿਗੁਰੂ ਜੀ।